ਨਮਸਕਾਰ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਦਸੰਬਰ 2019 ਦੇ ਵਿੱਚ ਕਰੋਨਾ ਦੇ ਇੱਕ ਰੂਪ ਕੋਵਿਡ 19 ਦੇ ਵੱਲੋਂ ਕੁਝ ਮਹੀਨਿਆਂ ਦੇ ਦੌਰਾਨ ਹੀ ਪੂਰੀ ਦੁਨੀਆ ਦੇ ਵਿੱਚ ਆਪਣਾ ਫੈਲਾਅ ਜਿਹੜਾ ਸੀ ਉਹ ਕਰ ਦਿੱਤਾ ਗਿਆ ਸੀਗਾ ਮਹਾਮਾਰੀ ਦਾ ਰੂਪ ਲੈ ਲਿਆ ਗਿਆ ਸੀ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਨੇ ਵੱਡੀ ਪੱਧਰ ਤੇ ਉੱਤੇ ਲੋਕਾਂ ਦੀਆਂ ਜਾਨਾਂ ਵੀ ਲਈਆਂ ਸਨ ਇਸ ਨੂੰ ਰੋਕਣ ਦੇ ਵਾਸਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਸਖਤ ਜਿਹੜੀ ਤਾਲਾਬੰਦੀ ਕੀਤੀ ਗਈ ਸੀ ਔਰ ਹੌਲੀ ਹੌਲੀ ਫਿਰ ਵੈਕਸੀਨ ਜਿਹੜੀ ਸੀ ਉਹ ਵਿਕਸਿਤ ਹੋਈ ਲੋਕਾਂ ਨੂੰ ਵੈਕਸੀਨੇਸ਼ਨ ਜਿਹੜੀ ਦਿੱਤੀ ਗਈ ਉਸ ਤੋਂ ਬਾਅਦ ਇਸ ਦਾ ਪ੍ਰਕੋਪ ਜਿਹੜਾ ਸੀ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਇਸ ਦੇ ਵਕਫ ਵਕੂਪ ਸਮੇਂ-ਸਮੇਂ ਤੇ ਆਉਂਦੇ ਰਹੇ ਨੇ ਪਰ ਹੁਣ ਜਿਹੜਾ ਹੈ ਦਸੰਬਰ 2022 ਦੇ ਵਿੱਚ ਇੱਕ ਵਾਰ ਫਿਰ ਚੀਨ ਤੋਂ ਇਸ ਦਾ ਇੱਕ ਨਵਾਂ ਰੂਪ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਦਸਤਕਦੀਰਿਆ ਹੈ ਏ ਰੂਪ ਕੀ ਹੈ ਔਰ ਇਹ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਕਿਸ ਤਰ੍ਹਾਂ ਇਸ ਤੋਂ ਬਚਣਾ ਹੈ ਇਸ ਦੇ ਬਾਰੇ ਹੀ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨੀ ਹੈ ਇਹ ਨਵਾਂ ਰੂਪ ਜਿਹੜਾ ਆ ਰਿਹਾ ਹੈ ਇਸ ਦੇ ਬਾਰੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਆਮ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਇਸ ਦੀ ਰੋਕथाम ਦੇ ਵਿੱਚ ਉਹ ਕਿਦਾਂ ਸਹਾਇੀ ਹੋ ਸਕਦੀ ਹੈ ਇਸ ਦੇ ਬਾਰੇ ਵਿੱਚ ਆਪਾਂ ਚਰਚਾ ਕਰਾਂਗੇ ਕਰੋਨਾ ਮਹਾਮਾਰੀ ਤੋਂ ਬਚਾ ਲਈ ਆਮ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਜ਼ਰੂਰੀ ਹੋ ਸਕਦਾ ਹੈ ਕਿਸ ਤਰ੍ਹਾਂ ਅਹਿਮ ਹੋ ਸਕਦਾ ਹੈ ਔਰ ਇਸ ਚਰਚਾ ਲਈ ਮੇਰੇ ਨਾਲ ਸਟੂਡੀਓ ਵਿੱਚ ਮਾਹਰ ਮਹਿਮਾਨ ਵਜੋਂ ਹਾਜ਼ਰ ਨੇ ਡਾਕਟਰ ਰਕੇਸ਼ ਚੋਪੜਾ ਜੀ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਜਲੰਧਰ ਤੋਂ ਔਰ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਸਤੀਸ਼ ਸ਼ਰਮਾ ਜੀ ਫੈਮਿਲੀ ਫਿਜ਼ੀਸ਼ੀਅਨ ਨੇ ਤੇ ਆਯੁਰਵੈਦਿਕ ਤੇ ਯੋਗਾ ਦੇ ਮਾਹਰ ਨੇ ਡਾਕਟਰ ਚੋਪੜਾ ਜੀ ਡਾਕਟਰ ਸਤੀਸ਼ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਟੂਡੀਓ ਵਿੱਚ ਸੋ ਆਈ ਦੀ ਚਰਚਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਓ ਆਪਾਂ ਦੇਖਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੁਣਾਂ ਦੇ ਵੱਲੋਂ ਪਿਛਲੇ ਦਿਨੀ ਮੰਨ ਕੀ ਬਾਤ ਦੇ ਵਿੱਚ इस महामारी तो रोकथाम दे वास्ते लोगों ने एक अपील की गई थी आओ देख उस दिन इस समय बहुत से लोग छुट्टियों के मूड में भी हैं आप पर्वों को इन अवसरों का खूब आनंद लीजिए लेकिन थोड़ा सतर्क भी रहिए आप भी देख रहे हैं कि दुनिया के कई देशों में कोरोना बढ़ रहा है इसलिए हमें मास्क और हाथ धुलने जैसी सावधानियों का और ज्यादा ध्यान रखना है हम सावधान रहेंगे तो सुरक्षित भी रहेंगे और हमारे उल्लास में कोई रुकावट भी नहीं पड़ेगी अच्छी सुनिए प्रधानमंत्री श्री नरेंद्र मोदी उन्होंने इस बीमारी की रोकथाम लेके ਆਮ ਲੋਕਾਂ ਨੂੰ ਕੀਤੀ ਗਈ ਅਪੀਲ ਸੋ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਸ਼ੁਰੂ ਦੇ ਵਿੱਚ ਮੈਂ ਡਾਕਟਰ ਕੇ ਚੋਪੜਾ ਜੀ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਕੋਵਿਡ-19 ਜਿਹੜਾ ਸੀਗਾ ਕਰੋਨਾ ਦਾ ਇੱਕ ਰੂਪ ਉਸ ਨੇ ਬਹੁਤ ਲੰਬਾ ਸਮਾਂ ਜਿਹੜਾ ਹੈ ਪੂਰੀ ਦੁਨੀਆ ਨੂੰ ਪੈ ਪੀੜ ਕੀਤਾ ਉਸ ਤੋਂ ਕੁਝ ਛੁਟਕਾਰਾ ਜਿਹੜਾ ਸੀ ਉਹ ਨਜ਼ਰ ਆਉਂਦਾ ਆ ਰਿਹਾ ਸੀ ਦਿਖ ਰਿਹਾ ਸੀਗਾ ਪਰ ਹੁਣ ਜਿਹੜੀ ਇੱਕ ਨਵਾਂ ਰੂਪ ਲੈ ਕੇ ਕਰੋਨਾ ਜਿਹੜਾ ਦੁਬਾਰਾ ਦਸਤਕ ਦੇ ਰਿਹਾ ਹੈ ਇਹ ਨਵਾਂ ਰੂਪ ਕੀ ਹੈ ਕਿਸ ਤਰ੍ਹਾਂ ਦਾ ਹੈ ਔਰ ਕਿਸ ਤਰ੍ਹਾਂ ਪਹਿਲੇ ਰੂਪ ਨਾਲੋਂ ਵੱਖਰਾ ਹੈ ਅਹ ਦੇਖੋ ਜੀ ਜਿਹੜਾ ਕੋਵਿਡ-19 ਵਾਇਰਸ ਸੀਗਾ ਜੀ ਅ ਇੱਕ ਵਾਇਰਸ ਇਸ ਤਰ੍ਹਾਂ ਦਾ ਸੀ ਕਿ ਜਿਹੜਾ ਬੜੀ ਤੇਜ਼ੀ ਨਾਲ ਫੈਲਦਾ ਸੀਗਾ ਵਾਇਰਸ ਇੱਕ ਇਹੋ ਜੀ ਜਵਾਣੂ ਹੈ ਜਾਂ ਛੋਟੀ ਚੀਜ਼ ਹੈ ਜਿਹੜੀ ਕਿ ਆਪਣਾ ਰੂਪ ਬਦਲਦੀ ਹੈ ਬਾਰ-ਬਾਰ ਜੀ ਵਾਇਰਸ ਆਪਣਾ ਸ਼ੇਪ ਜਿਹੜੀ ਉਹ ਚੇਂਜ ਕਰਦਾ ਰਹਿੰਦਾ ਜਿਹਨੂੰ ਅਸੀਂ ਵੇਰੀਐਂਟ ਕਹਿ ਦਿੰਨੇ ਆ ਸੋ ਇਹ ਟਾਈਮ ਤੇ ਵੱਖਰੇ-ਵੱਖਰੇ ਵੇਰੀਐਂਟ ਜਿਹੜੇ ਸਾਹਮਣੇ ਆਉਂਦੇ ਰਹਿੰਦੇ ਆ ਜਿਵੇਂ ਕਿ ਪਹਿਲਾਂ ਅਲਫਾ, ਬੀਟਾ, ਡਲਟਾ, ਓਮਿਕਰੋਨ ਤੇ ਹੁਣ ਜਿਹੜਾ ਇੱਕ ਨਵਾਂ ਵੇਰੀਐਂਟ ਸਾਹਮਣੇ ਆ ਰਿਹਾ ਹੈਗਾ ਬੀਐਫ7 ਜੀ ਜਿਹੜਾ ਦੇਖਣ ਚ ਆਇਆ ਹੈਗਾ ਕਿ ਚਾਈਨਾ ਚ ਜਾਂ ਹੋਰ ਇੱਕ ਦੋ ਕੰਟਰੀ ਜਿਹੜੇ ਉਹਨਾਂ ਵਿੱਚ ਪਾਇਆ ਗਿਆ ਸੋ ਇਹ ਵੇਰੀਐਂਟ ਜਿਹੜੇ ਹੈਗੇ ਆ ਵਾਇਰਸ ਦੀ ਸ਼ੇਪ ਚੇਂਜ ਹੋਣ ਕਰਕੇ ਜਿਹੜੇ ਨਵੇਂ-ਨਵੇਂ ਵੇਰੀਐਂਟ ਬਣਦੇ ਰਹਿੰਦੇ ਆ ਸੋ ਵਾਇਰਸ ਦੀ ਬਿਮਾਰੀ ਜਿਹੜੀ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਜਿਹੜੀ ਆਮ ਫਲੂ ਦੀ ਤਰ੍ਹਾਂ ਹੀ ਹੁੰਦੀ ਹੈ ਜਿਹਦੇ ਚ ਜਿੱਦਾਂ ਕਿ ਪਹਿਲਾ ਵੇਰੀਐਂਟ ਜਿਹੜੇ ਸੀਗੇ ਉਹਨਾਂ ਚ ਸਿੰਪਟਮ ਆਉਂਦੇ ਸੀ ਕਿ ਬੁਖਾਰ ਹੋ ਗਿਆ ਗਲਾ ਖਰਾਬ ਹੋ ਗਿਆ ਖੰਸੀ ਹੋ ਗਈ ਤਕਾਬਟ ਹੋ ਗਈ ਹਣਾ ਇਸੇ ਹੀ ਤਰ੍ਹਾਂ ਦੇ ਸਿੰਪਟਮ ਜਿਹੜੇ ਆ ਇਹ ਇਹਦੇ ਵੇਰੀਐਂਟ ਦੇ ਵਿੱਚ ਵੀ ਆਉਂਦੇ ਆ ਸੋ ਇਹਦੇ ਵਿੱਚ ਜ਼ਿਆਦਾ ਸਿੰਪਟਮ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਸੋ ਭਾਰਤ ਸਰਕਾਰ ਵੱਲੋਂ ਇਹਨੂੰ ਮੁੱਖ ਰੱਖਦੇ ਹੋਏ بڑے ਉਪਰਾਲੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਹੈਗੇ ਆ ਕਿ ਇਸ ਤਰ੍ਹਾਂ ਦਾ ਵੇਰੀਐਂਟ ਜੇ ਸਾਡੇ ਕੋਲ ਕੋਈ ਮਿਲਦਾ ਆ ਤੇ ਅਸੀਂ ਉਹਦੇ ਨੂੰ ਪਹਿਲਾਂ ਹੀ ਉਹਦੇ ਨੂੰ ਜਿਹੜਾ ਫੜ ਸਕੀਏ ਤੇ ਉਹਦੀ ਰੋਕਥਾਮ ਕਰ ਸਕੀਏ ਜੀ ਜੀ ਡਾਕਟਰ ਸ਼ਰਮਾ ਜੀ ਤੁਸੀਂ ਆਯੁਰਵੇਦਾ ਦੇ ਯੋਗਾ ਦੇ ਮਾਹਰ ਹੋ ਜਨਰਲ ਫਿਜ਼ੀਸ਼ੀਨ ਵੀ ਹੋ ਫੈਮਿਲੀ ਫਿਜ਼ੀਸ਼ੀਨ ਹੋ ਤਰ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆਉਂਦੇ ਹੋਣਗੇ ਮਰੀਜ਼ ਇਸ ਤੋਂ ਪੀੜਤ ਜਿਹੜੇ ਨੇ ਉਹ ਵੀ ਆਉਂਦੇ ਹੋਣਗੇ ਇਹ ਜਿਹੜੀਆਂ ਪ੍ਰਣਾਲੀਆਂ ਨੇ ਯੋਗਾ ਹੋਈ ਆਯੁਰਵੇਦਿਕ ਹੋਈ ਇਸ ਦੇ ਵਿੱਚ ਕਰੋਨਾ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਹਾਂ ਬੜਾ ਅੱਛਾ ਪ੍ਰਸ਼ਨ ਪੁੱਛਿਆ ਦੇਖੋ ਜਦੋਂ ਸਾਡੀ ਬੋਡੀ ਦੀ ਇਮਿਊਨਿਟੀ ਘਟੇਗੀ ਉਦੋਂ ਹੀ ਬਿਮਾਰੀ ਆਏਗੀ ਜੀ ਅਸੀਂ ਇਹਨੂੰ ਬਾਤਵਿਤ ਕਫ ਦੇ ਰੂਪ ਚ ਲੈਨੇ ਆ ਕਿ ਜਦੋਂ ਸਾਡੇ ਦੋਸ਼ ਘਟਦੇ ਨੇ ਉਦੋਂ ਬਿਮਾਰੀ ਆ ਕੇ ਸਾਨੂੰ ਪਕੜਦੀ ਹੈਗੀ ਹੈ ਜੀ ਤੇ ਇਮਿਊਨਿਟੀ ਡਾਊਨ ਨਾ ਹੋਵੇ ਇਹਦੇ ਵਾਸਤੇ ਆਯੁਰਵੇਦ ਦੇ ਵਿੱਚ ਸਾਡੇ ਭਾਰਤੀ ਪ੍ਰਣਾਲੀ ਦੇ ਵਿੱਚ ਬਹੁਤ ਕੁਝ ਹੈਗਾ ਯੋਗ ਹੈ pranayam ਹੈ ਔਰ ਕੁਛ ਔਸ਼ਧੀਆਂ ਹੈ ਅਵੇਲੇਬਲ ਨੇ ਔਰ ਔਸ਼ਧੀਆਂ ਵੀ ਸਾਡੀਆਂ ਘਰਾਂ ਚ ਕਰਦੀ ਕਿਚਨ ਦੇ ਵਿੱਚ ਅਵੇਲੇਬਲ ਨੇ ਜਿੱਦ ਤੋਂ ਆਪਾਂ ਲਗਾ ਕੇ ਆਪਾਂ ਇਮਿਊਨਿਟੀ ਵਧਾਈਏ ਔਰ ਕੋਰੋਨਾ ਤੋਂ ਬਚ ਸਕਦੇ ਆ ਮੇਨਲੀ ਜਦੋਂ ਬੰਦੇ ਦੀ ਇਮਿਊਨਿਟੀ ਕਟੇਗੀ ਉਦੋਂ ਹੀ ਉਹਨੂੰ ਬਿਮਾਰੀ ਪકડੇਗੀ ਅਜਿ ਨੂੰ ਇਸ ਤਰ੍ਹਾਂ ਲੈਣੇ ਆ ਔਰ ਇਮਿਊਨਿਟੀ ਨੂੰ ਬੂਸਟ ਕਰਨ ਦੇ ਵਾਸਤੇ ਹੀ ਸਾਰਾ ਟੋਟਲੀ ਸਾਡਾ ਭਾਰਤੀ ਜੀ ਪ੍ਰਣਾਲੀ ਆਯੁਰਵੇਦ ਪ੍ਰਣਾਲੀ ਜਿਹਨੂੰ ਕਹਿੰਦੇ ਆ ਉਹ ਲੱਗੀ ਹੋਈ ਹੈ ਜੀ ਡਾਕਟਰ ਚੋਪੜਾ ਜੀ ਦੇਸ਼ ਦੇ ਵਿੱਚ ਵੱਡੀ ਪੱਧਰ ਤੇ ਉੱਤੇ ਜਿਹੜੀ ਹੈ ਵੈਕਸੀਨੇਸ਼ਨ ਕੀਤੀ ਗਈ ਸੀ ਪਿਛਲੇ ਸਮੇਂ ਦੌਰਾਨ ਕਰੋਨਾ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਇਹ ਵੈਕਸੀਨੇਸ਼ਨ ਦਿੱਤੀ ਗਈ ਸੀ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਕਰੋਨਾ ਦਾ ਜਿਹੜਾ ਵਾਇਰਸ ਹੈ ਰੂਪ ਬਦਲਦਾ ਰਹਿੰਦਾ ਹੈ ਪਹਿਲੀ ਜਿਹੜੀ ਵੈਕਸੀਨ ਲਗਾਈ ਗਈ ਸੀ ਕਿ ਉਹ ਵੀ ਪ੍ਰਭਾਵੀ ਹੋਏਗੀ ਜਿਹੜਾ ਨਵਾਂ ਜਿਹੜਾ ਰੂਪ ਆ ਰਿਹਾ ਉਸ ਦੇ ਲਈ ਹਾਂ ਬਿਲਕੁਲ ਜੀ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਹੈਗਾ ਜਦੋਂ ਵੈਕਸੀਨ ਸ਼ੁਰੂ ਹੋਈ ਸੀਗੀ ਸਟਾਰਟਿੰਗ ਦੇ ਵਿੱਚ ਜਿਹੜੇ ਆਮ ਲੋਕ ਸੀਗੇ ਬੜੇ ਡਰਦੇ ਸੀ ਵੈਕਸੀਨ ਲਾਉਣ ਤੋਂ ਹੌਲੀ ਹੌਲੀ ਲੋਕਾਂ ਦੇ ਵਿੱਚ ਰੁਝਾਨ ਵਧਿਆ ਤੇ ਵੈਕਸੀਨ ਜਿਹੜੀ ਹੈਗੀ ਆ ਉਹ ਇੰਨੀ ਜ਼ਿਆਦਾ ਅਸੀਂ ਲਗਾਈ ਕਿ ਵਰਲਡ ਦੇ ਵਿੱਚ ਮੇਰਾ ਖਿਆਲ ਸਾਡਾ ਮੁਲਕ ਸਭ ਤੋਂ ਉੱਪਰ ਹੋਊਗਾ ਕਿ ਇੰਨੀ ਜ਼ਿਆਦਾ ਅਸੀਂ ਵੈਕਸੀਨੇਸ਼ਨ ਲੋਕਾਂ ਨੂੰ ਕੀਤੀ ਸੋ ਸਾਡੇ ਕੋਲ ਸਰਕਾਰ ਵੱਲੋਂ ਜਿਹੜੀ ਵੈਕਸੀਨੇਸ਼ਨ ਸੀ ਸਾਰੇ ਹਸਪਤਾਲਾਂ 'ਚ ਫ੍ਰੀ ਲਗਾਈ ਗਈ ਜਿਹਦੇ 'ਚ ਤਿੰਨ ਤਰ੍ਹਾਂ ਦੇ ਅਸੀਂ ਜਿਹੜੇ ਵੈਕਸੀਨ ਸੀਗੇ ਯੂਜ਼ ਕੀਤੇ ਕੋਵੀ ਸ਼ੀਲਡ ਕੋਵੈਕਸਿਨ ਤੇ ਬੱਚਿਆਂ ਲਈ ਕੋਰਵੀ ਵੈਕਸ ਸੋ ਸਾਰੇ ਹੀ ਵੈਕਸੀਨ ਜਿਹੜੇ ਲਗਾਏ ਅਸੀਂ ਉਹ ਬੜੇ ਕਾਰਗਰ ਸੀਗੇ ਜਿਨ੍ਹਾਂ ਨਾਲ ਕਿ ਅਸੀਂ ਬਿਮਾਰੀ ਨੂੰ ਰੋਕ ਸਕੇ ਜੀ ਸੋ ਵੈਕਸੀਨ ਜਦੋਂ ਵੀ ਅਸੀਂ ਕਿਸੇ ਦੇ ਲਗਾਉਨੇ ਉਹਦਾ ਪਰਪਸ ਇਹ ਹੁੰਦਾ ਕਿ ਜਿਹੜੀ ਸਾਡੀ ਸਰੀਰ ਹੈਗਾ ਉਹਦੇ ਵਿੱਚ ਐਂਟੀਬਾਡੀਜ਼ ਬਣਦੀਆਂ ਬਿਮਾਰੀ ਨੂੰ ਰੋਕਣ ਦੀ ਜਿਹੜੀ ਸਾਡੀ ਸਰੀਰ ਦੀ ਤਾਕਤ ਉਹ ਵਧਦੀ ਹੈ ਜੀ ਸੋ ਉਹਦੇ ਨਾਲ ਐਂਟੀਬਾਡੀਜ਼ ਬਣਦੀਆਂ ਜਦੋਂ ਕੋਈ ਵੀ ਵਾਇਰਸ ਜਾਂ ਕੋਈ ਸਾਡੇ ਤੇ ਅਟੈਕ ਕਰਦਾ ਸਾਡੀ ਬੋਡੀ ਤੇ ਅੰਦਰ ਜਾਂਦਾ ਤੇ ਉਹ ਉਹਨੂੰ ਰੋਕਣ ਦੀ ਜਿਹੜੀ ਸਾਡੀ ਤਾਕਤ ਆ ਉਹ ਵਧੀ ਹੁੰਦੀ ਆ ਤੇ ਬਿਮਾਰੀ ਜਿਹੜੀ ਸਾਨੂੰ ਨਹੀਂ ਹੁੰਦੀ ਸੋ ਜਿਹੜਾ ਵਾਇਰਸ ਕੋਈ ਵੀ ਹੈਗਾ ਜਿਹੜਾ ਕੋਵਿਡ ਨਾਲ ਰਿਲੇਟਡ ਵਾਇਰਸ ਹੈਗੇ ਆ ਇਹ ਸਾਰੀ ਵੈਕਸੀਨ ਜਿਹੜੀ ਆ ਸਾਰਿਆਂ ਤੇ ਇਫੈਕਟ ਕਰੂਗੀ ਇਦਾਂ ਦੇ ਨਹੀਂ ਹੈਗਾ ਕਿ ਕੋਈ ਨਵਾਂ ਵਾਇਰਸ ਜਾਂ ਵੇਰੀਐਂਟ ਨਵਾਂ ਆ ਗਿਆ ਤੇ ਉਹਦੇ ਤੇ ਵੈਕਸੀਨ ਜਿਹੜੀ ਕਾਰਗਰ ਨਹੀਂ ਹੈਗੀ ਕਾਰਗਰ ਆ ਜੀ ਪੂਰੀ ਤਰ੍ਹਾਂ ਕਾਰਗਰ ਹੈਗੀ ਆ ਸੋ ਸਾਡੇ ਹਜੇ ਵੀ ਸਾਰੇ ਸੈਂਟਰਾਂ ਜਿਹੜੀ ਆ ਕੋਵਿਡ ਦੀ ਵੈਕਸੀਨੇਸ਼ਨ ਲਗਾਈ ਜਾ ਰਹੀ ਆ ਤੋਂ ਕਈ ਵਾਰੀ ਸ਼ਾਰਟੇਜ ਆਉਂਦੀ ਆ ਪਰ ਸਰਕਾਰ ਵੱਲੋਂ ਜਿਹੜੀ ਟੋਟਲੀ ਫ੍ਰੀ ਤੇ ਸਾਰੇ ਸੈਂਟਰਾਂ ਵਿੱਚ ਜਿਹੜੇ ਅਸੀਂ ਉਪਲਬਧ ਹੈਗੀ ਆ ਤੇ ਅਸੀਂ ਵਾਰ-ਵਾਰ ਲੋਕਾਂ ਨੂੰ ਇਹੇ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਫਸਟ ਡੋਜ਼ ਸੈਕੰਡ ਡੋਜ਼ ਜਿਹੜੀ ਲਗਵਾਈ ਹੈਗੀ ਆ ਜਿਹੜੀ ਕਿ 96% ਤੋਂ ਵੱਧ ਲੋਕਾਂ ਦੇ ਅਸੀਂ ਲਗਾ ਚੁੱਕੇ ਆ ਜੀ ਸੋ ਜਿਹੜੀ ਬੂਸਟਰ ਡੋਜ਼ ਹੈਗੀ ਆ ਉਹ 9 ਮਹੀਨੇ ਬਾਅਦ ਲੱਗਦੀ ਸੀਗੀ ਜਿਹਦੀ ਕਿ ਹਜੇ ਤੱਕ ਜਿਹੜੀ ਕਵਰੇਜ ਘਟਿਆ ਥੋੜੀ ਸੋ ਮੇਰੀ بار-बार ਇਹ اپੀਲ ਆ ਕਿ ਜਿਹੜੀ ਬੂਸਟਰ ਡੋਜ਼ ਆ ਸਾਰੇ ਲਗਵਾਉਣ ਤੇ ਆਪਾਂ ਆਉਣ ਵਾਲੀ ਜਿਹੜੀ ਬਿਮਾਰੀ ਆ ਵੇਰੀਐਂਟ ਆ ਉਹ ਤੋਂ ਵੀ ਪੂਰੀ ਤਰ੍ਹਾਂ ਬਚ ਸਕੀਏ ਸੁਰੱਖਿਅਤ ਰਹੀਏ ਜੀ ਜੀ ਡਾਕਟਰ ਚਰਮਾ ਜੀ ਇੱਕ ਤਾਂ ਵੈਕਸੀਨੇਸ਼ਨ ਹੋ ਰਹੀ ਹੈ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਭਾਰਤੀ ਪਰਨਾਲੀਆਂ ਨੇ ਯੋਗਾ ਹੈ ਆਯੁਰਵੈਦਿਕ ਹੈ ਯੂਨਾਨੀ ਹੈ ਇਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਨੁਸਖੇ ਹੈ ਨੇ ਕਿ ਇਹ ਬਿਮਾਰੀ ਤੋਂ ਬਚਾਅ ਦੇ ਵਾਸਤੇ ਜਿਹੜੇ ਵਰਤੇ ਜਾ ਸਕਦੇ ਹੋਣ ਬਿਲਕੁਲ ਠੀਕ ਜਦੋਂ ਸਾਰੀ ਦੁਨੀਆ 'ਚ ਕਰੋਨਾ ਦੀ ਪਹਿਲੀ ਲਹਿਰ ਜਾਂ ਦੂਸਰੀ ਲਹਿਰ ਨਾਲ ਲੋਕ ਦੁਖੀ ਸੀਗੇ ਉਸ ਸਮੇਂ ਭਾਰਤ ਅਸੀਂ ਕਾਫੀ ਜ਼ਿਆਦਾ ਅੱਛੀ ਸੁਰੱਖਿਤ ਸਥਿਤੀ ਦੇ ਵਿੱਚ ਸੀ ਉਹਦਾ ਕਾਰਨ ਸਾਡੀਆਂ ਭਾਰਤੀ ਪ੍ਰਣਾਲੀਆਂ ਹੀ ਆਈਆਂ ਸ਼ਾਇਦ ਹੀ ਕੋਈ ਘਰ-ਪਾਰ ਦੇ ਵਿੱਚ ਹੋਏਗਾ ਜਿਸ ਘਰ ਦੇ ਵਿੱਚ ਜਿਸ ਵਿਅਕਤੀ ਨੇ ਕਾੜਾ ਨਾ ਪੀਤਾ ਹੋਵੇ ਹਰ ਵਿਅਕਤੀ ਨੇ ਕਾੜਾ ਜ਼ਰੂਰ ਪੀਤਾ ਹੋਵੇਗਾ ਉਹ ਇੱਕ ਇੱਕ ਵਾਰੀ ਨਹੀਂ ਦੋ ਦੋ ਵਾਰੀ ਨਹੀਂ ਪੂਰੀਆਂ ਦੋ ਲਹਿਰਾਂ ਦੇ ਦੌਰਾਨ ਪੀਤਾ ਹੋਵੇਗਾ ਔਰ ਇੰਨੇ ਹੀ ਸਾਡੇ ਦੇਸ਼ ਦੇ ਵਿੱਚ ਪਹਿਲੀ ਵੇਵ ਵੇਲ ਜਾਂ ਦੂਸਰੀ ਵੇਵ ਵੇਲ ਨੇ ਸਾਡਾ ਬਚਾਅ ਕੀਤਾ ਅਸੀਂ ਦੇਖਦੇ ਹਾਂ ਜਿਹੜੇ ਡਿਵੈਲਪਡ ਕੰਟਰੀ ਨੇ ਅਮਰੀਕਾ ਵਰਗੀ ਕੰਟਰੀ ਉਥੇ ਕਿੰਨੀਆਂ ਡੈਥਸ ਹੋਈਆਂ ਲੇਕਿਨ ਸਾਡੇ ਦੇਸ਼ ਦੇ ਵਿੱਚ ਬਹੁਤ ਬਚਾਰਿਆ ਉਹਦਾ ਕਾਰਨ ਇਹ ਹੈ ਕਿ ਬਿਮਾਰੀਆਂ ਨਾਲ ਲੜਨ ਦੀ ਤਾਕਤ ਸਾਨੂੰ ਦਿੰਦੀ ਹੈ ਔਰ ਲਗਭਗ ਹਰ ਵਿਅਕਤੀ ਨੇ ਕੜਾ ਵੀ ਪੀਤਾ ਹਰ ਵਿਅਕਤੀ ਨੇ ਪ੍ਰਾਣਯਾਮ ਵੀ ਕੀਤੇ ਤੇ ਹਰ ਵਿਅਕਤੀ ਨੇ ਯੋਗ ਵੀ ਕੀਤਾ ਔਰ ਅੱਜ ਯੋਗ ਨੂੰ ਪਪੂਲਰ ਬਣਾਉਣ ਦੇ ਵਿੱਚ ਕੋਵਿਡ ਦੀ ਮਹਾਮਾਰੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕੋਵਿਡ ਵੇਲੇ ਤਾਂ ਯੋਗ ਪਹਿਲਾਂ ਹੀ ਪਪੂਲਰ ਹੈ لیکن ਕੋਵਿਡ ਮਹਾਮਾਰੀ ਤੋਂ ਬਾਅਦ ਯੋਗ ਤੇ ਪ੍ਰਾਣਾਯਾਮ ਦੀ ਵੈਲਿਊ ਜਾਂ ਸਾਡੇ ਕਾੜੇ ਦੀ ਵੈਲਿਊ ਜਾਂ ਸਾਡੇ ਆਯੁਰਵੇਦ ਦੀ ਵੈਲਿਊ ਬਹੁਤ ਜ਼ਿਆਦਾ ਵੱਧ ਗਈ। ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਜਿਹੜਾ ਇਸ ਤੋਂ ਜਿਹੜਾ ਬੈਨੀਫਿਟ ਲਿਆ ਹੈ। ਡਾਕਟਰ ਚੋਪੜਾ ਜੀ ਕੋਵਿਡ 19 ਜਦੋਂ ਘਟਨਾ ਸ਼ੁਰੂ ਹੋ ਗਿਆ ਸੀ ਵੈਕਸੀਨੇਸ਼ਨ ਤੋਂ ਬਾਅਦ ਲੋਕ ਥੋੜੇ ਅਵੇਸਲੇ ਹੋ ਗਏ ਸੀ ਕਿ ਹੁਣ ਇਹ ਆਮ ਬਿਮਾਰੀ ਹੋ ਗਈ ਕੋਈ ਵੱਡੀ ਗੱਲ ਨਹੀਂ ਹੈ। ਪਰ ਹੁਣ ਦੁਬਾਰਾ ਜਿਹੜਾ ਨਵਾਂ ਰੂਪ ਦਸਤਕ ਦੇ ਰਿਹਾ ਹੈ। ਇਸ ਤੋਂ ਬਾਅਦ ਲੋਕਾਂ ਦੇ ਸੁਭਾਅ 'ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਆਈ ਹੈ। ਟੈਸਟਾਂ ਵਾਲੇ ਪਾਸੇ ਅਸੀਂ ਦੇਖੀਏ ਜਾਂ ਵੈ ਕੋਈ ਉਹਨਾਂ ਦੇ ਸੁਭਾਅ 'ਚ ਤਬਦੀਲੀ ਆਈ ਕਿ ਹੁਣ ਦੁਬਾਰਾ ਕਰਵਾਉਣਾ ਚਾਹੀਦਾ ਹੈ। ਅ ਦੇਖੋ ਜੀ ਸਾਨੂੰ ਕਦੀ ਵੀ ਕਿਸੇ ਬਿਮਾਰੀ ਤੋਂ ਵੇਸਲੇ ਨਹੀਂ ਹੋਣਾ ਚਾਹੀਦਾ। ਬਿਲਕੁਲ। ਬਿਮਾਰੀ ਕਦੀ ਵੀ ਖਤਰਨਾਕ ਹੋ ਸਕਦੀ ਹੈ, ਕਦੀ ਵੀ ਗੰਭੀਰ ਰੂਪ ਜਿਹੜਾ ਲੈ ਸਕਦੀ ਹੈ। ਸੋ ਸਾਨੂੰ ਸਦਾ ਹੀ ਸਤਰਕ ਰਹਿਣਾ ਚਾਹੀਦਾ। ਜੀ। ਚਾਹੇ ਉਹ ਕੋਈ ਮਾਮੂਲੀ ਬਿਮਾਰੀ ਆ, ਚਾਹੇ ਕੋਈ ਬਹੁਤ ਸੀਰੀਅਸ ਬਿਮਾਰੀ ਆ। ਸੋ ਜਦਾਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਇਦਾਂ ਦੀ ਜਾਂ ਮਹਾਮਾਰੀ ਆਉਂਦੀ ਆ, ਤਾਂ ਉਹਨੂੰ ਰੋਕਣ ਲਈ ਸਰਕਾਰ بڑے ਉਪਰਾਲੇ ਕਰਦੀ ਆ। ਤੋ ਮੇਰੀ ਇਹ ਸਾਰੇ ਲੋਕਾਂ ਨੂੰ اپੀਲ ਹੈ ਕਿ ਨਾਲ ਦੀ ਨਾਲ ਜਿਹੜੀ ਪਬਲਿਕ ਹੈਗੀ ਆਮ ਜਨਤਾ ਹੈਗੀ ਉਹਨਾਂ ਨੂੰ ਵੀ ਉਹਨਾਂ ਹੀ ਸਹਿਯੋਗ ਕਰਨਾ ਚਾਹੀਦਾ ਅਬ ਇਸ ਲਈ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਸਰਕਾਰ ਗਾਈਡਲਾਈਨ ਜੀਸ਼ੂ ਕਰਦੀ ਆ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਬਿਲਕੁਲ ਬਜਾਏ ਕਿ ਇਹ ਕਹਿਣ ਦੇ ਕਿ ਨਹੀਂ ਹੁਣ ਨਹੀਂ ਕੁਝ ਹੋਣਾ ਹੁਣ ਬਿਮਾਰੀ ਚਲੀ ਗਈ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਆ ਇਹ ਕੋਈ ਦਿਸਣ ਵਾਲੀ ਚੀਜ਼ ਨਹੀਂ ਹੈ ਅਸੀਂ ਇੱਕ ਉਹ ਦੁਸ਼ਮਣ ਨਾਲ ਲੜਦੇ ਆ ਜਿਹੜਾ ਸਾਨੂੰ ਦਿਸਦਾ ਨਹੀਂ ਹੈ ਬਿਲਕੁਲ ਠੀਕ ਹੈ ਨਾ ਉਸ ਕਰਕੇ ਸਾਨੂੰ ਉਸ ਚੀਜ਼ ਤੋਂ ਹਮੇਸ਼ਾ ਸਤਾਰਕ ਰਹਿਣਾ ਚਾਹੀਦਾ ਹੈਗਾ ਤਾਂ ਸਰਕਾਰ ਜਿਹੜੀਆਂ ਸਾਨੂੰ ਗਾਈਡਲਾਈਨਸ ਇਸ਼ੂ ਕਰਦੀ ਆ ਜਿੱਦਾਂ ਹੁਣ ਨਵੇਂ ਵੇਰੀਐਂਟ ਤੇ ਆਉਣ ਤੇ ਵੀ ਸਰਕਾਰ ਵੱਲੋਂ ਦੁਬਾਰਾ ਗਾਈਡਲਾਈਨ ਇਸ਼ੂ ਕੀਤੀਆਂ ਗਈਆਂ ਕਿ ਜਿਹੜੇ ਅਸੀਂ ਪਹਿਲਾਂ ਬਿਮਾਰੀ ਤੋਂ ਬਚਣ ਲਈ ਪਾਲਣਾ ਕਰਦੇ ਸੀਗੇ ਕਿ ਆਪਣੇ ਜਿਹੜੇ ਹੱਥ ਆ ਉਹਨਾਂ ਨੂੰ ਵਾਰ-ਵਾਰ ਧੋਵੋ ਮਾਸਕ ਦਾ ਇਸਤੇਮਾਲ ਕਰੋ ਡਿਸਟੈਂਸ ਰੱਖੋ ਜਿਵੇਂ ਕਿ ਹੁਣ ਆਪਾਂ ਜਾਣਦੇ ਆ ਕਿ ਨਵਾਂ ਸਾਲ ਸ਼ੁਰੂ ਹੋਣਾ ਉਹਦੇ ਵੱਡੇ ਵੱਡੇ ਫੰਕਸ਼ਨ ਹੋਣੇ ਹੈਗੇ ਆ ਲੋਹੜੀ ਆ ਜਾਣੀ ਉਹਦੇ ਵੱਡੇ ਵੱਡੇ ਫੰਕਸ਼ਨ ਲੋਕਾਂ ਦੇ ਹੋਣੇ ਆ ਬਾਕੀ ਸ਼ਾਦੀਆਂ ਵਿਆਹ ਹੋਰ ਇਦਾਂ ਦੇ ਜਿਹੜੇ ਵੀ ਫੰਕਸ਼ਨ ਹੁੰਦੇ ਆ ਸੋ ਉਹਨਾਂ ਵਿੱਚ ਬਹੁਤ ਜ਼ਿਆਦਾ ਗੈਦਰਿੰਗ ਹੁੰਦੀ ਆ ਤੋ ਲੋਕੀ ਜਦੋਂ ਇਹਨਾਂ ਗੱਲਾਂ ਤੋਂ ਅਵੇਸਲੇ ਹੋ ਜਾਂਦੇ ਆ ਗਾਈਡਲਾਈਨਸ ਦਾ ਪਾਲਣ ਨਹੀਂ ਕਰਦੇ ਤੇ ਉਹ ਬਿਮਾਰੀ ਦੇ ਵਧਣ ਦੇ ਖਤਰੀ ਰਹਿੰਦੇ ਆ ਜੀ ਸੋ ਲੋਕ ਜਿਹੜੇ ਆ ਉਹਨਾਂ ਨੂੰ ਜਾਣੂ ਰਹਿਣਾ ਚਾਹੀਦਾ ਤੇ ਸਰਕਾਰ ਦੀਆਂ ਸਮੇਂ-ਸਮੇਂ ਤੇ ਜਿਹੜੀਆਂ ਗਾਈਡਲਾਈਨਸ ਆਉਂਦੀਆਂ ਉਹਨਾਂ ਨੂੰ ਪਾਲਣਾ ਕਰ ਦੇਣਾ ਚਾਹੀਦਾ ਤੇ ਲੋਕਾਂ ਦੇ ਜਿਹੜੇ ਸੁਭਾਅ ਆ ਉਹਨੂੰ ਵੀ ਸਰਕਾਰ ਦੇ ਨਾਲ ਮਿਲ ਕੇ ਹੀ ਚੱਲਣਾ ਚਾਹੀਦਾ ਜੀ ਬਿਲਕੁਲ ਲੋਕਾਂ ਦਾ ਸਹਿਜ ਹੋਏਗਾ ਤਾਂ ਹੀ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਜਿਹੜੀਆਂ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਡਾਕਟਰ ਸ਼ਰਮਾ ਜੀ ਆਮ ਦੇਖਦੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਬਿਮਾਰੀ ਜਿਹੜੀ ਹੈ ਭਿਆਨਕ ਰੂਪ اختیار ਕਰਦੀ ਹੈ ਤਾਂ ਬੜੀਆਂ ਤਰ੍ਹਾਂ ਦੀਆਂ ਲੋਕਾਂ ਦੇ ਵੱਲੋਂ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕੁਝ ਮਾਹਰ ਵੀ ਹੁੰਦੇ ਨੇ ਕੁਝ ਆਮ ਲੋਕ ਵੀ ਹੁੰਦੇ ਨੇ ਹੁਣ ਆਮ ਲੋਕ ਜਦੋਂ ਸੋਸ਼ਲ ਮੀਡੀਆ ਨੂੰ ਦੇਖਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਫੋਲੋ ਕਰ ਦਿੰਦੇ ਨੇ ਔਰ ਉਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਫਾਇਦਾ ਹੋਣ ਦੀ ਤਾਂ ਤੇ ਆਮ ਲੋਕਾਂ ਨੂੰ ਕਿੱਦਾਂ ਪਤਾ ਲੱਗੇ ਕਿ ਸੋਸ਼ਲ ਮੀਡੀਆ ਤੇ ਜੋ ਜਾਣਕਾਰੀ ਆ ਰਹੀ ਹੈ ਉਹ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ ਅੱਜ ਕੱਲ ਦੇ ਸਮੇਂ 'ਚ ਸਭ ਤੋਂ ਵਧੀਆ ਪ੍ਰਸ਼ਨ ਤੁਸੀਂ ਪੁੱਛਿਆ ਹੈ ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ ਅਸੀਂ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਹਾਂ ਜੀ ਔਰ ਆਦੀ ਅਦੂਰੀ ਜਾਣਕਾਰੀ ਨੂੰ ਲੈ ਕੇ ਅਸੀਂ ਕਦੀ ਵੀ ਆਪਣਾ ਇਲਾਜ ਆਪ ਨਾ ਸ਼ੁਰੂ ਕਰੀਏ ਆਪਾਂ ਹਮੇਸ਼ਾ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਸੰਪਰਕ ਕਰਕੇ ਕਿ ਆਪਣਾ ਕੋਈ ਵੀ ਚੀਜ਼ ਲੈਣੀ ਤੇ ਲਈਏ ਜਾ ਸਾਡੀ ਸਰਕਾਰੀ ਅਥਾਰਟੀ ਐ ਸਿਵਲ ਹਸਪੀਟਲ ਸਾਡੇ ਸਿਵਲ ਸਰਜਨ ਡਿਪਾਰਟਮੈਂਟਸ ਨੇ ਆਪਾਂ ਉਹਨਾਂ ਨੂੰ ਮਿਲ ਕੇ ਉਸ ਤੋਂ ਬਾਅਦ ਹੀ ਕੋਈ ਵੀ ਕੋਈ ਆਪਣਾ ਇਲਾਜ ਸ਼ੁਰੂ ਕਰਨਾ ਤਾਂ ਕਰੀਏ ਇਸ ਤੋਂ ਇਲਾਵਾ ਸਰਕਾਰ ਦੀਆਂ ਵੈਬਸਾਈਟਸ ਨੇ ਗਵਰਨਮੈਂਟ ਦੇ ਵੈਬਸਾਈਟਸ ਨੇ ਸਾਡੇ ਆਫੀਸ਼ੀਅਲੀ ਟੀਵੀ ਚੈਨਲਸ ਨੇ ਨਿਊਜ਼ਪੇਪਰਸ ਨੇ ਆਪਾਂ ਉਹਨਾਂ ਨੂੰ ਫੋਲੋ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਮੈਂ ਕਹਾਂਗਾ ਕਿ 100% ਜਾਣਕਾਰੀ ਤੇ ਉੱਪਰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਠੀਕ ਹੈ ਅੱਛੀਆਂ ਜਾਣਕਾਰੀਆਂ ਵੀ ਹੈਗੀਆਂ ਨੇ ਲੇਕਿਨ ਉਹ ਜਿੰਨੀ ਦੇਰ ਤੱਕ ਤੁਹਾਡਾ ਆਪਣਾ ਡਾਕਟਰ ਉਹਨੂੰ ਆਥੈਂਟੀਕੇਟ ਨਹੀਂ ਕਰਦਾ ਉਹਨੂੰ ਫੋਲੋ ਨਹੀਂ ਕਰਨਾ ਚਾਹੀਦਾ ਬਿਲਕੁਲ ਅੱਖਾਂ ਮੀਟ ਕੇ ਜਾਨੀ ਕੋਈ ਵੀ ਜਾਣਕਾਰੀ ਅਗਰ ਸਾਨੂੰ ਸੋਸ਼ਲ ਮੀਡੀਆ ਤੇ ਮਿਲਦੀ ਹੈ ਉਹਨੂੰ ਫੋਲੋ ਨਹੀਂ ਕਰਨਾ ਚਾਹੀਦਾ ਸਿਹਤ ਦਾ ਮਾਨ ਰਹਾ ਹੈ ਸਿਹਤ ਜਿਹੜੀ ਸੁਧਰਨ ਤੇ ਵਿਗੜ ਵੀ ਸਕਦੀ ਹੈ ਇਸ ਦੀਆਂ ਕਰੋਨਾ ਤੋਂ ਰੋਕਥਾਮ ਦੇ ਵਾਸਤੇ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਪੂਰੇ ਦੇਸ਼ ਦੇ ਵਿੱਚ ਇੱਕ ਮੌਕ ਡਰਿਲ ਕੀਤੀ ਗਈ ਸੀ ਪੰਜਾਬ ਦੇ ਵਿੱਚ ਵੀ ਕੀਤੀ ਗਈ ਸੀ ਮੌਕ ਡਰਿਲ ਇਹ ਮੌਕ ਡਲ ਕੀ ਹੈ ਕਿਸ ਤਰ੍ਹਾਂ ਇਹ ਇਸ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਜਾਂ ਤੋਂ ਬਚਾ ਦੇ ਵਾਸਤੇ ਸਹਾਇੀ ਹੋ ਸਕਦੀ ਹੈ ਆਹੋ ਦੇਖਦੇ ਹਾਂ ਇਸ ਬੰਦੇ ਵਿੱਚ ਇੱਕ ਰਿਕਾਰਡਿੰਗ ਫਰੀਦਕੋਟ ਵਿਖੇ ਸਿਵਲ ਹਸਪਤਾਲ ਵਿੱਚ ਹੋਏ ਮੌਕ ਡ੍ਰਿਲ ਵਿੱਚ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨੇ ਆਪਣੇ ਸਾਜ਼ੋ ਸਮਾਨ ਦਵਾਈਆਂ ਲੈਬਾਰਟਰੀ ਅਤੇ ਆਕਸੀਜਨ ਦੀ ਉਪਲਬਧਤਾ ਸੰਬੰਧੀ ਜਾਂਚ ਕੀਤੀ ਤਾਂ ਜੋ ਕਿਸੇ ਵੀ ਅਣਸੁਖਾਵੀ ਸਥਿਤੀ ਦਾ ਸਾਹਮਣਾ ਕਰਨ ਸਮੇਂ ਕੋਈ ਮੁਸ਼ਕਲ ਨਾ ਹੋਵੇ ਸਿਵਲ ਸਰਜਨ ਡਾਕਟਰ ਨਰੇਸ਼ ਬਾਟਲਾ ਨੇ ਇਸ ਦੀ ਅਗਵਾਈ ਕੀਤੀ ਇਸ ਮੌਕ ਡ੍ਰਿਲ ਤੇ ਉਹਨਾਂ ਆਪਣੀ ਤਸੱਲੀ ਪ੍ਰਗਟਾਈ ਸਾਡੇ ਕੋਲੋਂ ਹਰ ਤਰ੍ਹਾਂ ਦੀ ਤਿਆਰੀ ਹੈ ਪਰ ਮੈਂ ਦੱਸਣਾ ਚਾਹਾਂਗਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਮੈਂ ਇਹ ਤੇ ਜ਼ੋਰ ਦੇਣਾ ਚਾਹਾਂਗਾ ਕਿ ਜਿਹੜੇ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ ਜਾਂ ਬੂਸਟਰ ਡੋਜ਼ ਵੀ ਨਹੀਂ ਲਗਾਈ ਕਿਉਂਕਿ ਆ ਆਮ ਤੌਰ ਤੇ ਦੇਖਿਆ ਗਿਆ ਕਿ ਪਹਿਲੀ ਤੇ ਦੂਸਰੀ ਡੋਜ਼ ਤਾਂ ਲੱਗੀ ਹੋਈ ਹੈ बूस्टर डोज ਨਹੀਂ ਲੱਗੀ ਹੋਈ ਮੈਂ ਚਾਹੁੰਗਾ ਕਿ ਬੂਸਟਰ ਡੋਜ਼ ਲਗਾਨ ਤੇ ਜੇ ਕਿਸੇ ਨੂੰ ਕੋਈ ਲੱਛਣ ਆਉਂਦੇ ਹਨ ਫਲੂ ਲਾਈਕ ਲੱਛਣ ਆਉਂਦੇ ਹਨ ਜਿਦਾ ਜੁਕਾਮ ਲੱਗਾ ਖਾਂਸੀ ਲੱਗਾ ਜਿਹੜਾ ਕਿ ਵੈਸੇ ਅੱਜਕੱਲ ਕਾਫੀ ਜ਼ਿਆਦਾ ਆ ਰਿਹਾ ਹੈ ਪਰ ਕਿਸੇ ਨੂੰ ਨਮੂਨੀਆਂ ਵੀ ਆ ਰਿਹਾ ਹੈ ਡਾਇਰੈਕਟ ਨਮੂਨੀਆਂ ਆ ਰਿਹਾ ਹੈ ਤਾਂ ਆ ਕੇ ਆਪਣਾ ਟੈਸਟ ਜ਼ਰੂਰ ਕਰਾਏ ਸਾਨੂੰ ਹਦਾਇਤਾਂ ਹਨ ਕਿ ਜੇ ਕੋਈ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਅਸੀਂ ਜੀਨੋਮ ਸੀਕੁਐਂਸਲੀ ਭੇਜਾਂਗੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੰਦਰਸ਼ੇਖਰ ਮੁਤਾਬਕ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਸਾਡੀ ਵੈਕਸੀਨੇਸ਼ਨ ਦਾ ਸੈਟਅਪ ਬਿਲਕੁਲ ਕੰਪਲੀਟ ਹੈ ਔਰ ਵੈਕਸੀਨੇਸ਼ਨ ਚੱਲ ਰਹੀ ਹੈ ਇਹਦੇ ਤੋਂ ਇਲਾਵਾ ਅਸੀਂ ਪੇਸ਼ੈਂਟਸ ਨੂੰ ਜੇ ਜ਼ਰੂਰਤ ਪਵੇ ਤਾਂ ਅਸੀਂ ਆਈਸੋਲੇਸ਼ਨ ਵਾਰਡ ਜਿਹੜਾ 10 ਬੈੱਡ ਦਾ ਬਿਲਕੁਲ ਤਿਆਰ ਕੀਤਾ ਹੈ ਇੱਥੇ ਇੱਕ ਵਰਨਣਯੋਗ ਗੱਲ ਹੈ ਵੀ ਜੋ ਪਿਛਲੀ ਵੇਵ ਦੇ ਵਿੱਚ ਆਕਸੀਜਨ ਸਪਲਾਈ ਤੇ ਬੜੇ ਕੰਸਰਨਸ ਸੀਗੇ ਵੀ ਆਕਸੀਜਨ ਦੀ ਸ਼ਾਰਟੇਜ ਸੀਗੀ ਉੱਥੇ ਮੈਂ ਦੱਸਣਾ ਚਾਹਾਂਗਾ ਵੀ ਸਾਡੇ ਕੋਲੇ ਆਕਸੀਜਨ ਦੇ ਮੌਜੂਦਾ ਜਿਹੜੇ ਪ੍ਰਬੰਧ ਹੈ ਉਹ ਪੂਰੇ ਹੈ ਸਾਡੇ ਕੋਲ 20 ਦਿਨ ਦਾ ਆਕਸੀਜਨ ਦਾ ਬੈਕਅਪ ਪਲਾਨ ਬਿਲਕੁਲ ਰੈਡੀ ਹੈ ਸਾਡੇ ਕੋਲ ਆਕਸੀਜਨ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਦਵਾਈਆਂ ਦਾ ਅਸੀਂ ਪੂਰੀ ਪ੍ਰੈਪੇਰਨੈਸ ਹੈ ਅਸੀਂ ਸਟਾਫਸ ਦੀ ਰੈਪਰਸਪੌਂਸ ਟੀਮਸ ਦੀ ਸਾਰੀਆਂ ਡਿਊਟੀਆਂ ਲਾ ਚੁੱਕੇ ਹਾਂ ਵਾਰਡ ਬਿਲਕੁਲ ਤਿਆਰ ਹੈ ਔਰ ਸਭ ਤੋਂ ਪਹਿਲਾਂ ਅਸੀਂ ਇਹ ਭਰੋਸਾ ਦਵਾ ਚਾਹਨੇ ਆ ਵੀ ਹਸਪੀਟਲ ਦੇ ਵਿੱਚ ਸੈਂਪਲਿੰਗ ਵੈਕਸੀਨੇਸ਼ਨ ਤੇ ਲੋਰ ਪੈ ਦੇ ਐਡਮਿਸ਼ਨ ਦੀ ਪੂਰੀ ਵਿਵਸਥਾ ਹੈ ਭਾਵੇਂ ਸਿਹਤ ਮੰਤਰਾਲਾ ਕੌਮੀ ਪੱਧਰ ਤੇ ਕਈ ਕਦਮ ਚੁੱਕ ਰਿਹਾ ਹੈ ਪਰ ਕੋਵਿਡ ਤੋਂ ਬਚਾਅ ਵਿੱਚ ਆਮ ਲੋਕਾਂ ਦਾ ਸਹਿਯੋਗ ਬੇहद ਜ਼ਰੂਰੀ ਹੈ ਲੋਕਾਂ ਨੂੰ ਮਾਸਕ ਪਾਉਣਾ ਭੀੜ-ਪਾੜ ਤੋਂ ਬਚਣਾ ਹੱਥ ਧੋਉਂਦੇ ਰਹਿਣਾ ਅਤੇ ਕੋਵਿਡ ਅਨੁਕੂਲ ਵਿਵਹਾਰ ਅਪਣਾਉਣ ਨੂੰ ਆਪਣੀ ਰੋਜ਼ਾਨਾ ਦੀ ਆਦਤ ਵਿੱਚ ਸ਼ਾਮਲ ਕਰਨਾ ਹੋਵੇਗਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਦੋਵੇਂ ਡੋਜ਼ ਲਗਾਉਣ ਦੇ ਨਾਲ-ਨਾਲ ਬੂਸਟਰ ਡੋਜ਼ ਲਗਾਉਣ ਬਾਰੇ ਵੀ ਸੁਚੇਤ ਹੋਣਾ ਪਵੇਗਾ ਤਰਸ਼ੇਮ ਚਾਨਣਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਮੌਕ ਡ੍ਰਿਲ ਦੇ ਦੌਰਾਨ ਮਾਹਿਰਾਂ ਦੇ ਵੱਲੋਂ ਇਸ ਬਿਮਾਰੀ ਤੋਂ ਬਚਾਅ ਦੇ ਲਈ ਵੱਖ-ਵੱਖ ਵਿਚਾਰ ਜਿਹੜੇ ਸੀ ਉਹ ਦਿੱਤੇ ਗਏ ਅਸੀਂ ਦੇਖੇ ਨੇ ਡਾਕਟਰ ਚੋਪੜਾ ਜੀ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੀ ਮੌਕ ਡ੍ਰਿਲ ਚਲਾਈ ਗਈ ਸੀ ਪੂਰੇ ਦੇਸ਼ ਦੇ ਵਿੱਚ ਇਸ ਦਾ ਮੁਖ ਰੂਪ ਦੇ ਵਿੱਚ ਮਕਸਦ ਕੀ ਸੀ ਅ ਦੇਖੋ ਜੀ ਭਾਰਤ ਸਰਕਾਰ ਵੱਲੋਂ ਜਿਹੜੀ ਮੌਕ ਡ੍ਰਿਲ ਸ਼ੁਰੂ ਕੀਤੀ ਸੀ ਇਹਦਾ ਮੇਨ ਮਕਸਦ ਇਹੀ ਸੀਗਾ ਕਿ ਜਿੱਦਾਂ ਪਿਛਲੀ ਵਾਰੀ 2-3 ਵੇਵ ਦੇ ਵਿੱਚ ਇੱਕਦਮ ਪੇਸ਼ੈਂਟ ਵਧ ਗਿਆ ਜੀ ਉਹਦੇ ਨਾਲ ਸਾਡੇ ਕੋਲ ਜਿਹਦਾ ਆਕਸੀਜਨ ਦੀ ਕਮੀ ਆ ਗਈ ਪਹਿਲੀ ਵਾਰੀ ਬੈਡਸ ਦੀ ਕਮੀ ਆ ਗਈ ਜੀ ਬੈਡ ਨਹੀਂ ਮਿਲ ਰਹਾ ਮਰੀਜ਼ਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਜਾਂ ਕੋਈ ਹੋਰ ਮੈਡੀਸਨ ਨਹੀਂ ਮਿਲ ਰਹੀ ਸੋ ਉਸ ਚੀਜ਼ ਨੂੰ ਸਾਰਿਆਂ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਇਹ ਮੌਕਰਲ ਸ਼ੁਰੂ ਕੀਤੀ ਗਈ ਜਿਹਦਾ ਪਰਪਸ ਇਹ ਸੀਗਾ ਕਿ ਤੁਸੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਬਲੌਕ ਲੈਵਲ ਤੇ ਕਿੰਨੇ ਹਸਪਤਾਲ ਨੇ ਜਿਹੜੇ ਕੋਵਿਡ ਦਾ ਇਲਾਜ ਕਰ ਸਕਦੇ ਆ ਉਹਨਾਂ ਕੋਲ ਕਿੰਨੇ ਬੈਡ ਨੇ ਕਿੰਨਾ ਉਹਨਾਂ ਕੋਲ ਸਾਜੋ ਸਮਾਨ ਹੈਗਾ ਕਿੰਨੇ ਵੈਂਟੀਲੇਟਰਸ ਹੈਗੇ ਆ ਕਿੰਨੀਆਂ ਦਵਾਈਆਂ ਹੈਗੀਆਂ ਕਿੰਨੇ ਤੁਹਾਡੇ ਕੋਲ ਆਕਸੀਜਨ ਪਲਾਂਟ ਜਿਹੜੇ ਡਿਸਟ੍ਰਿਕਟ ਦੇ ਵਿੱਚ ਚੱਲਦੇ ਪਏ ਹੈਗੇ ਆ ਉਹਨਾਂ ਚੋਂ ਫੰਕਸ਼ਨਲ ਕਿੰਨੇ ਆ ਕਿੰਨੇ ਨਹੀਂ ਫੰਕਸ਼ਨਲ ਹੈਗੇ ਤਾਂ ਤਾਂ ਜੋ ਕਿ ਭਾਰਤ ਸਰਕਾਰ ਨੂੰ ਇੱਕ ਇੱਕ ਚੀਜ਼ ਦੀ ਜਿਹੜੀ ਜਾਣਕਾਰੀ ਜਾ ਸਕੇ ਜਿਹਦੇ ਨਾਲ ਕਿ ਅਸੀਂ ਪਹਿਲਾਂ ਹੀ ਕਿ ਹਜੇ ਵੇਵ ਜੇ ਸਾਨੂੰ 2 ਮਹੀਨੇ ਨੂੰ ਆਉਂਦੀ ਆ ਜਾਂ 3 ਮਹੀਨੇ ਨੂੰ ਆਉਂਦੀ ਆ ਤਾਂ ਅਸੀਂ ਪਹਿਲਾਂ ਹੀ ਉਹ ਚੀਜ਼ਾਂ ਦਾ ਪ੍ਰਬੰਧ ਕਰ ਸਕੀਏ ਕਿ ਆਉਣ ਵਾਲੇ ਟਾਈਮ 'ਚ ਕਿਸੇ ਵੀ ਵਿਅਕਤੀ ਨੂੰ ਕਿਸੇ ਮਰੀਜ਼ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਉਸ ਭਾਰਤ ਸਰਕਾਰ ਦੀ ਬਹੁਤ ਹੀ ਵਧੀਆ ਸੋਚ ਸੀਗੀ ਇਹ ਜਿਹਦੇ ਨਾਲ ਕਿ ਅਸੀਂ ਸਾਰੇ ਇੰਡੀਆ ਦੇ ਵਿੱਚ ਇਹ ਦੇਖ ਸਕਦੇ ਹਾਂ ਕਿ ਸਾਡੇ ਕੋਲ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਹੈਗੀ ਆ ਕਿਹੜੀ ਚੀਜ਼ ਦੀ ਸ਼ਾਰਟੇਜ ਆ ਕਿਹੜੀ ਚੀਜ਼ ਨੂੰ ਅਸੀਂ ਕਿੱਦਾਂ ਪੂਰਾ ਕਰ ਸਕਦੇ ਹਾਂ ਤਾਂ ਇਹ ਬਹੁਤ ਵੱਡਾ ਪ੍ਰੋਜੈਕਟ ਬਹੁਤ ਵੱਡਾ ਪ੍ਰੋਜੈਕਟ ਸੀਗਾ ਜਿਹੜਾ ਕਿ ਅਸੀਂ 2 ਦਿਨ ਦੇ ਵਿੱਚ ਮੌਕ ਟੈਨ ਸਾਰੇ ਇੰਡੀਆ ਚ ਕੀਤੀ ਗਈ ਜਿਹਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਵੀ ਕੀਤੀ ਤੇ ਸਾਡੇ ਜਲੰਧਰ ਚ ਜੇ ਮੈਂ ਦੱਸਾਂ ਤੇ 72 ਹਸਪਤਾਲ ਜਿਹੜੇ ਇਦਾਂ ਦੇ ਸੀਗੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵੀ ਬੜਾ ਕੰਮ ਕੀਤਾ ਤੇ ਉਹਨੇ ਆਪਣੀ ਪੂਰੀ ਜਾਣਕਾਰੀ ਜਿਹੜੀ ਪੋਰਟਲ ਤੇ ਸਾਂਝੀ ਕੀਤੀ ਤੇ ਜਿਹਦੇ ਨਾਲ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਆਉਣ ਵਾਲੀ ਵਿਬਨਾ ਨਜੇਠਣ ਲਈ ਕਿੰਨੇ ਕੁ ਤਿਆਰ ਆ ਜੀ ਡਾਕਟਰ ਸ਼ਰਮਾ ਜੀ ਕੇਂਦਰ ਸਰਕਾਰ ਨੇ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਭਾਰਤੀ ਇਲਾਜ ਪ੍ਰਣਾਲੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰਣਾਲੀਆਂ ਆ ਜਾਂਦੀਆਂ ਨੇ ਉਹਨਾਂ ਦੇ ਵਾਸਤੇ ਇੱਕ ਵੱਖਰਾ ਮੰਤਰਾਲਾ ਬਣਾਇਆ ਆਯੂਸ਼ ਕਿਹਾ ਜਾਂਦਾ ਹੈ ਆਯੂਸ਼ ਨੇ ਪਿਛਲੇ ਸਮੇਂ ਦੌਰਾਨ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਸੀ ਇਸ ਦੀ ਰੋਖ ਖਾਮ ਦੇ ਵਿੱਚ ਇਲਾਜ ਦੇ ਵਿੱਚ ਔਰ ਹੁਣ ਜਿਹੜੀ ਹੈ ਕੀ ਆਯੂਸ਼ ਵੱਲੋਂ ਕੋਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਂ ਆਯੂਸ਼ ਡਿਪਾਰਟਮੈਂਟ ਨੇ ਪਿਛਲੀ ਵਾਰੀ ਬੜੀ ਰਿਸਰਚ ਤੋਂ ਬਾਅਦ ਇੱਕ ਕੜਾ ਲਾਂਚ ਕੀਤਾ ਸੀ ਜਿਹਦੇ ਵਿੱਚ ਅਸ਼ਵਗੰਧਾ ਗਲੋ ਤુલਸੀ ਇਹਦੇ ਹੋਰ ਕੁਝ ਹਰਬ ਜੀ ਜਿਨ੍ਹਾਂ ਨੂੰ ਮਿਲਾ ਕੇ ਇੱਕ ਕੜਾ ਦੇਸ਼ 'ਚ ਪਪੂਲਰ ਕੀਤਾ ਔਰ ਉਹਨੂੰ ਫ੍ਰੀ ਆਫ ਕੋਸਟ ਸਾਰੇ ਦੇਸ਼ 'ਚ ਵੰਡਿਆ ਜੀ ਉਹਦੇ ਨਾਲ ਕੀ ਹੋਇਆ ਕਿ ਦੂਰ ਦੂਰ ਦੇ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਨਹੀਂ ਅਫੋਰਡ ਕਰ ਸਦੇ ਸੀ ਉਹਨਾਂ ਨੇ ਕਾੜੇ ਦਾ ਸੇਵਨ ਕੀਤਾ ਔਰ ਇਸੇ ਕਰਕੇ ਹੀ ਅਸੀਂ ਕਾਫੀ ਜ਼ਿਆਦਾ ਪਹਿਲੀ ਵੇਵ ਚ ਵੀ ਬਚੇ ਰਹੇ ਦੂਜੀ ਵੇਵ ਚ ਵੀ ਬਚੇ ਰਹੇ ਇਸ ਤੋਂ ਇਲਾਵਾ ਯੋਗ ਨੂੰ ਪਪੂਲਰ ਕੀਤਾ ਹਰ ਸਕੂਲ ਹਰ ਕਾਲਜ ਦੇ ਸਿਲੇਬਸ ਦੇ ਵਿੱਚ ਇਹ ਚੀਜ਼ਾਂ ਇਨਕਲੂਡ ਹੋ ਗਈਆਂ ਜਿਸ ਦੇ ਨਾਲ ਕੀ ਹਰ ਵਿਅਕਤੀ ਯੋਗ ਵੱਲੋਂ ਪਾਸੇ ਧਿਆਨ ਦੋ ਅੱਜ ਦੇਖੋ ਜੋ ਸਥਿਤੀ ਅੱਜ ਤੋਂ ਪਹਿਲਾਂ 5 ਸਾਲ ਪਹਿਲਾਂ ਸੀ ਅਜੋ ਸਥਿਤੀ ਨਹੀਂ ਹੈ ਅਸਵੇਰਦੀ ਪਾਰਕਾਂ ਦੇ ਵਿੱਚ ਦੇਖੋ ਲੋਕ ਯੋਗ ਪ੍ਰਾਣਾਯਾਮ ਕਰ ਰਹੇ ਨੇ ਔਰ ਉਸ ਨਾਲ ਸਾਡੀ ਡੇ ਬਾਈ ਡੇ ਇਮਿਊਨਿਟੀ ਵਧ ਰਹੀ ਹੈ ਬਿਲਕੁਲ ਹੋਰੀ ਆਯੂਸ਼ ਡਿਪਾਰਟਮੈਂਟ ਦੀ ਹੀ ਮਿਹਰਬਾਨੀ ਹੈ ਕਿ ਉਹਨੇ ਇਹਨੂੰ ਪਪੂਲਰ ਕੀਤਾ ਜਗਾ ਜਗਾ ਤੇ ਜਿਸ ਨਾਲ ਸਾਡੇ ਦੇਸ਼ ਦੇ ਵਿੱਚ ਉਹਨੂੰ ਪੁਰਾਣੀ ਸਥਿਤੀ ਨਹੀਂ ਰਹੀ ਅੱਜ ਕੱਲ ਹਰ ਵਿਅਕਤੀ ਯੋਗ ਪਰਨਾਇਮ ਨੂੰ ਇੱਕ ਪਹਿਲੇ ਫੈਸ਼ਨ ਸਮਝਿਆ ਜਾਂਦਾ ਸੀ ਅੱਜ ਇੱਕ ਇੱਕ ਜ਼ਰੂਰੀ ਪਾਰਟ ਸਾਡੀ ਦਿਨਚਰਿਆ ਦਾ ਬਣ ਚੁੱਕਾ ਹੋਇਆ ਜੀ ਸਾਡੇ ਦੇਸ਼ ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਪ੍ਰਣਾਲੀਆਂ ਕਾਫੀ ਪਪੂਲਰ ਹੋ ਰਹੀਆਂ ਨੇ ਡਾਕਟਰ ਸਾਹਿਬ ਆਪਾਂ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਸੀ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵੈਕਸੀਨੇਸ਼ਨ ਕੀਤੀ ਗਈ ਹੈ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਕੀ ਹੈ ਅੰਕੜੇ ਪੰਜਾਬ ਦੇ ਦੱਸਦੇ ਕਿੰਨੇ ਲੋਕ ਹੁਣ ਤੱਕ ਵੈਕਸੀਨੇਟ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਵੈਕਸੀਨੇਟ ਕੀਤਾ ਜਿਹਦੇ ਵਿੱਚ ਅਸੀਂ ਜੇ ਟੋਟਲ ਦੇਖੀਏ ਤੇ 40 ਜਿਹੜੇ 96% ਤੋਂ ਵੱਧ ਜਿਹੜੀ ਫਸਟ ਡੋਜ਼ ਲਗਾ ਚੁੱਕੇ ਆ ਇਸੇ ਤਰ੍ਹਾਂ ਅਸੀਂ 90% ਤੋਂ ਵੱਧ ਜਿਹੜੀ ਸੈਕੰਡ ਡੋਜ਼ ਸਾਰੇ ਪਬਲਿਕ ਜਿਹੜੀ ਸਾਰੇ ਐਲੀਜੀਬਲ ਪੋਪੂਲੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਨੂੰ ਲਗਾ ਚੁੱਕੇ ਆ ਸੋ ਬੂਸਟਰ ਡੋਜ਼ ਜਿਹੜੀ ਆ ਅਸੀਂ ਉਹਦੇ ਲਈ ਹੁਣ ਖਾਸ ਧਿਆਨ ਦੇ ਰਹੇ ਹਾਂ ਤੇ ਆਮ ਸਾਰੇ ਹੀ ਜਿੰਨੇ ਵੀ ਐਲੀਜੀਬਲ ਹੈਗੇ ਆ ਜਿਨ੍ਹਾਂ ਦੇ ਫਸਟ ਡੋਜ਼ ਲੱਗੀ ਆ ਦੂਸਰੀ ਲੱਗੀ ਆ ਉਹਨਾਂ ਨੂੰ ਬੂਸਟਰ ਡੋਜ਼ ਜਿਹੜੀ ਲਗਵਾਣੀ ਚਾਹੀਦੀ ਆ ਜੀ ਇਸੇ ਤਰ੍ਹਾਂ ਜੇ ਕੋਈ ਪਹਿਲੀ ਤੇ ਦੂਜੀ ਡੋਜ਼ ਤੋਂ ਵਾਂਝਾ ਰਹਿ ਗਿਆ ਹੈ ਤੇ ਉਹਨੂੰ ਵੀ ਬੜੀ ਸਾਡੇ ਵੱਲੋਂ ਅਪੀਲ ਆ ਇਹ ਬਾਰ-ਬਾਰ ਹੈਲਥ ਡਿਪਾਰਟਮੈਂਟ ਵੱਲੋਂ ਕਿ ਫਸਟ ਡੋਜ਼ ਲਗਵਾਓ ਜੇ ਸੈਕੰਡ ਡੋਜ਼ ਡਿਊ ਆ ਤਾਂ ਉਹ ਲਗਵਾਓ ਤੇ ਬੂਸਟਰ ਡੋਜ਼ ਜਿਨ੍ਹਾਂ ਦੇ ਨਹੀਂ ਲੱਗੀ ਉਹ ਬੂਸਟਰ ਡੋਜ਼ ਲਗਵਾਉਣ ਤਾਂ ਜੋ ਆਪਾਂ ਇਹ ਬਿਮਾਰੀ ਨੂੰ ਪਹਿਲਾਂ ਹੀ ਫੜ ਸਕੀਏ ਆਪਣੇ ਆਪ ਨੂੰ ਇੰਨੇ ਸੁਰੱਖਿਅਤ ਕਰ ਲਈਏ ਕਿ ਸਾਨੂੰ ਇਹ ਬਿਮਾਰੀ ਹੋਵੇ ਹੀ ਨਾ ਜੀ ਡਾਕਟਰ ਸਾਡੇ ਕੋਲ ਆਵਾਂਗਾ ਐ ਵੈਕਸੀਨੇਸ਼ਨ ਹੋ ਰਹੀ ਹੈ ਨਾਲੋ ਨਾਲ ਹੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਸੀ ਉਸ ਦੇ ਵਿੱਚ ਇਸ ਸਬੰਧ ਦੇ ਵਿੱਚ ਕਈ ਗਲਤ ਪ੍ਰਚਾਰ ਵੀ ਹੋ ਰਹੇ ਸਨ ਵੈਕਸੀਨੇਸ਼ਨ ਦੇ ਬਾਰੇ ਵਿੱਚ ਕਈ ਭਰਮ ਭੁਲੇਖੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਗਏ ਸਨ ਜਿਹਦਾ ਕਰਕੇ ਲੋਕ ਜਿਹੜੇ ਨੇ ਸੀ ਉਹ ਥੋੜੇ ਹਵੇਚਲੇ ਹੋਏ ਕਿਸੇ ਨੇ ਨਹੀਂ ਵੀ ਲਗਵਾਈ ਉਹਨਾਂ ਪਰ ਭੁਲੇਖੇ ਚ ਆਣ ਕੇ ਇਸ ਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਕਲੀਅਰ ਕਰੋ ਕਿ ਕੀ ਉਹ ਜਿਹੜੇ ਭਰਮ ਭੁਲੇਖੇ ਫੈਲਾਏ ਜਾ ਰਹੇ ਨੇ ਸੋਸ਼ਲ ਮੀਡੀਆ ਦਾ ਕਿੰਨੇ ਕੁ ਸਹੀ ਨੇ ਸਭ ਤੋਂ ਵੱਡਾ ਪੁਲੇਖਾ ਦੇ ਫਲਾਜ ਜਾ ਰਿਹਾ ਕਿ ਇਸ ਇਸ ਵੈਕਸੀਨੇਸ਼ਨ ਦੇ ਜਿਹੜੇ ਸਾਈਡ ਇਫੈਕਟ ਨੇ ਜਿਹੜੇ ਬਿਲਕੁਲ ਗਲਤ ਹੈ ਸਾਡੇ ਦੇਸ਼ ਚ 210 ਕਰੋੜ ਤੋਂ ਵੱਧ ਲਗਭਗ 220 ਕਰੋੜ ਵੈਕਸੀਨੇਸ਼ਨ ਲੱਗ ਚੁੱਕੀ ਹੈ ਜੀ ਔਰ ਬਹੁਤ ਥੋੜੇ ਬਹੁਤ ਮਾਮੂਲੀ ਜੇ ਕੇਸ ਆਏ ਨੇ ਜਿਨ੍ਹਾਂ ਨੂੰ ਹਲਕਾ ਜਿਹਾ ਕੋਈ ਸਾਈਡ ਇਫੈਕਟ ਆਇਆ ਜਿੱਦਾਂ ਬੁਖਾਰ ਹੋ ਗਿਆ ਜਿੰਜ ਇੰਜੈਕਸ਼ਨ ਵਾਲੀ ਜਗ੍ਹਾ ਤੇ ਖਾਰਿਸ਼ ਹੋ ਗਈ ਇਸ ਤੋਂ ਇਲਾਵਾ ਕੋਈ ਸਾਈਡ ਇਫੈਕਟ ਨਹੀਂ ਆਇਆ ਔਰ ਇਹ ਸਾਈਡ ਇਫੈਕਟ ਤਾਂ ਹਰ ਵੈਕਸੀਨੇਸ਼ਨ ਦੇ ਨੇ ਕੋਵਿਡ ਵੈਕਸੀਨੇਸ਼ਨ ਦਾ ਨਹੀਂ ਹਰ ਵੈਕਸੀਨੇਸ਼ਨ ਦਾ ਨਹੀਂ ਬਾਇ ਤਾਂ ਕਹਾਂਗਾ ਕਿ ਵੈਕਸੀਨੇਸ਼ਨ ਕਰਕੇ ਹੀ ਕੋਵਿਡ ਦੀ ਪਹਿਲੀ ਔਰ ਦੂਜੀ ਲਹਿਰ ਤੋਂ ਬਚਿਆ ਜਿਵੇਂ ਲਾਕਡਾਊਨ ਫਰੀ ਜੀਵਨ ਪਿਛਲੇ 2.5 ਸਾਲ ਤੋਂ ਲਗਭਗ ਜੀ ਰਹੇ ਆ ਔਰ ਸਾਡੀ ਵੈਕਸੀਨੇਸ਼ਨ ਦੀ ਹੀ ਬਦੌਲਤ ਹੈ ਜੇ ਵੈਕਸੀਨੇਸ਼ਨ ਨਹੀਂ ਆਈ ਜਾਂ ਵੈਕਸੀਨੇਸ਼ਨ ਕਮਜ਼ੋਰ ਸੀ ਤੇ ਚਾਈਨਾ ਦੀ ਸਥਿਤੀ ਅੱਜ ਆਪਾਂ ਦੇਖਦੇ ਵੇ ਕੀ ਹੈ ਉਹਨਾਂ ਦੀ ਵੈਕਸੀਨੇਸ਼ਨ ਮਾੜੀ ਸੀ ਜਾਂ ਵੈਕਸੀਨੇਸ਼ਨ ਉਹਨਾਂ ਕੋ ਸਾਰੇ ਕੰਟਰੀ 'ਚ ਲੱਗੀ ਨਹੀਂ ਉਹ ਅੱਜ ਵੀ ਲਾਕਡਾਊਨ ਭੁਗਦੇ ਪਏ ਨੇ ਔਰ ਸਾਡਾ ਦੇਸ਼ ਬਿਲਕੁਲ ਆਜ਼ਾਦੀ ਨਾਲ ਆਪਾਂ ਇੰਜੋਏ ਕਰ ਰਹੇ ਆ ਉਹਦਾ ਕਾਰਨ ਹੈ ਕਿ ਸਾਡੇ ਦੇਸ਼ 'ਚ ਵੈਕਸੀਨੇਸ਼ਨ ਦੀ ਸਪੀਡ ਬਹੁਤ ਵਧੀਆ ਸੀ ਗਵਰਨਮੈਂਟ ਵੱਲੋਂ ਸਾਡੇ ਵੈਕਸੀਨੇਸ਼ਨ ਡ वैक्सीनेशन लगभग लग चुकी जी आ, दा डॉक्टर चोपड़ा दे जी ने दसया हो जी डॉक्टर साहब सेहत विभाग ਦਾ ਕੰਮ ਹੈ ਇਲਾਜ ਕਰਨਾ ਵੈਕਸੀਨੇਟ ਕਰਕੇ ਲੋਕਾਂ ਨੂੰ ਬਚਾਉਣਾ ਇਸ ਤੋਂ ਲਗ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਨੇ ਲੋਕਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਇਸ ਮਹਾਮਾਰੀ ਤੋਂ ਬਚਾ ਦੇ ਲਈ ਦੇਖੋ ਜੀ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਅਨੇਪਰੇ ਨਹੀਂ ਚੜਦਾ ਬਿਲਕੁਲ ਜਿੰਨਾ ਕੰਮ ਸਰਕਾਰ ਨੇ ਕਰਨਾ ਹੈਗਾ ਸਰਕਾਰ ਦਾ ਪਹਿਲਾ ਕੰਮ ਹੈਗਾ ਕਿ ਪ੍ਰिवेंशन ਬਿਮਾਰੀ ਤੋਂ ਰੋਕ-थाम ਕਿੱਦਾਂ ਕਰਨੀ ਹੈ ਦੂਜਾ ਕੰਮ ਉਹਦਾ ਟ੍ਰੀਟਮੈਂਟ ਸੋ ਪ੍ਰिवेंशन ਜਿੰਨੀ ਹੈਗੀ ਉਹ ਸਾਰੀ ਪਬਲਿਕ ਦੇ ਸਹਿਯੋਗ ਨਾਲ ਹੀ ਹੋਣੀ ਹੈ ਜੇ ਅਸੀਂ ਵੈਕਸੀਨੇਸ਼ਨ ਇੰਨੀ ਜ਼ਿਆਦਾ ਕੀਤੀ ਆ ਤੇ ਉਹਦੇ ਵਿੱਚ ਵੀ ਸਾਡੇ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿੰਨੀਆਂ ਵੀ ਐਨ ਜੀਓਜ਼ ਧਾਰਮਿਕ ਸੰਸਥਾਵਾਂ ਜਿਹੜੀਆਂ ਸੀ ਬਹੁਤ ਅੱਗੇ ਆਈਆਂ ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਦੇ ਮੱਲੇ-ਮੱਲੇ 'ਚ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨੇਟ ਕੀਤਾ ਸੋ ਇਹਦੇ 'ਚ ਪਬਲਿਕ ਦਾ ਰੋਲ ਤਾਂ ਬਹੁਤ ਜ਼ਿਆਦਾ ਹੈ ਸੋ ਜਿਹੜੀਆਂ ਗਾਈਡਲਾਈਨ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸੋ ਉਹ ਵੀ ਜੇ ਪਬਲਿਕ ਫਾਲੋ ਕਰੂਗੀ ਬਿਲਕੁਲ ਫੇਰ ਹੀ ਅਸੀਂ ਆਪਣਾ ਕੋਈ ਵੀ ਜਿਹੜਾ ਹੈਗਾ ਸਿਰੇ ਚਾੜ ਚੜਦੇ ਕੰਮ ਜਿਹੜਾ ਉਹ ਸਿਰੇ ਚੜੂਗਾ ਸੋ ਜਿਹੜੀਆਂ ਵੀ ਗਾਈਡਲਾਈਨ ਜਿਵੇਂ ਕਿ ਮਾਸਕ ਪਾਉਣਾ ਆਪਣੇ ਬਾ ਹੱਥ ਬਾਰ ਬਾਰ ਧੋਣੇ ਜਿਹੜੀ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅੱਜ ਕੱਲ ਸੀਜ਼ਨ ਆ ਰਿਹਾ ਫੈਸਟੀਵਲ ਸੀਜ਼ਨ ਆ ਰਹੇ ਆ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਥੋੜਾ ਬਚਾ ਕੇ ਰੱਖਣਾ ਪੀਪੜਕੇ ਵਾਲੀਆਂ ਥਾਂਾਂ ਤੇ ਨਾ ਜਾਣਾ ਯਾਨੀ ਕਿ ਜਿਹੜੀਆਂ ਪਹਿਲੀਆਂ ਗਾਈਡਲਾਈਨਸ ਸੀ ਉਹ ਹੀ ਹੁਣ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਨੇ ਕਰਨੀਆਂ ਚਾਹੀਦੀਆਂ ਜਿਹਦੇ ਚ ਪਬਲਿਕ ਦਾ ਸਹਿਯੋਗ ਸਾਨੂੰ ਪੂਰਾ ਚਾਹੀਦਾ ਤਾਂ ਹੀ ਅਸੀਂ ਇਹਨੂੰ ਅਗੇਰ ਸਿਰਫ ਕੋਈ ਵੀ ਮਹਾਮਾਰੀ ਜਾਂ ਬਿਮਾਰੀ ਹੁੰਦੀ ਹੈ ਤੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਨੇ ਤੇ ਜਦ ਤੱਕ ਆਮ ਲੋਕ ਜਿਹੜੇ ਨੇ ਉਸ ਦੀ ਰੋਕਥਾਮ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੇ ਤਦ ਤੱਕ ਅਸੀਂ ਉਸ ਦੇ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਸਕਦੇ ਉਮੀਦ ਹੈ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਇਸ ਮਹਾਮਾਰੀ ਤੋਂ ਰੋਕਥਾਮ ਦੇ ਵਾਸਤੇ ਆਪਣਾ ਪੂਰਾ ਸਹਿਯੋਗ ਦੇਣਗੇ ਸਰਕਾਰ ਨੂੰ ਵੀ ਸਿਹਤ ਵਿਭਾਗ ਨੂੰ ਵੀ ਤਾਂ ਹੀ ਅਸੀਂ ਇਸ ਬਿਮਾਰੀ ਨੂੰ ਕਾਬੂ ਕਰ ਸਕਦੇ ਹਾਂ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੈ ਸੋ ਇਸ ਦੀ ਚਰਚਾ ਨੂੰ ਵੀ ਅਸੀਂ ਇੱਥੇ ਵਿਰਾਮ ਦਿੰਦੇ ਹਾਂ ਡਾਕਟਰ ਚੋਪੜਾ ਜੀ ਡਾਕਟਰ ਸ਼ਰਮਾ ਜੀ ਤੁਸੀਂ ਸਟੂਡੀਓ ਚਾਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਔਰ ਦਰਸ਼ਕੋ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ